ਗੁਰੂ ਜੀ ਸਰੀਰ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਪਾਲਾਂ ਦਾ ਵਰ ਬਖਸ਼ਣ। ਆਉਣ ਆਪਸ ਸਭ ਨੇ ਮਿਲ ਕੇ ਅਨੰਦ ਸਾਹਿਬ ਜੀ ਦਾ ਵਾਰ ਕਰਾਂਗੇ। ਗੁਰੂ ਗ੍ਰੰਥ ਜੀ ਮਾਨਿਓ
ਮੈਂ ਇਹ ਸੇਵਾ ਨਮਾਇੰਦਗੀ ਸੇਵਾ ਮੰਗ ਕੇ ਲਈ ਸੀ ਬਈ ਸਾਧ ਸੰਗਤ ਦੇ ਚਰਨਾਂ ਦੀ ਜੋੜਿਆਂ ਦੀ ਧੂੜ ਲੈਣ ਲਈ ਇਹ ਜਿਹੜਾ ਧੰਨਵਾਦ ਦਾ ਹਿੱਸਾ ਹੈ ਮੇਰੇ ਜਿੰਮੇ ਲਾ ਲਿਓ ਮੇਰੇ ਬੱਚਿਓ ਮੈਂ ਇਸ ਸੇਵਾ ਨੂੰ ਨਿਭਾਉਣ ਤੋਂ ਪਹਿਲਾਂ ਦੋਵੇਂ ਨਿਮਤਾਂ ਨਾਲ ਕਰਬੱਧ ਹੋ ਕੇ ਗੁਜ਼ਾਰਿਸ਼ ਕਰਾਂਗਾ ਆਓ ਮੇਰੇ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘੜੀ ਹੈ ਮੇਰੇ ਪਿਤਾ ਦੀ ਇਸ ਗੁਰਦੁਆਰਾ ਸਾਹਿਬ ਨਾਲ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਦੇ ਜੁੜੇ ਸੀ ਸਰਦਾਰ ਸੰਤੋਖ ਸਿੰਘ ਜੀ ਸਫਰੀ ਉਹ ਇਸੇ ਮੰਚ ਤੋਂ ਖੜੇ ਹੋ ਕੇ ਕਹਿੰਦੇ ਹੁੰਦੇ ਸਨ ਕਿ ਸਿਮਰ ਪੁੱਤਰ ਦੁੱਖ ਵੰਡਾਇਆ ਘੱਟਦਾ ਅਤੇ ਸੁੱਖ ਵੰਡਾਇਆ ਦੁੱਖ ਸਵਾਇਆ ਹੁੰਦਾ ਅੱਜ ਤੁਸੀਂ ਸਾਡੇ ਇਸ ਪਰਿਵਾਰ ਨਾਲ ਸਾਂਝਾ ਕਰਨ ਲਈ ਸਾਡਾ ਦੁੱਖ ਵੰਡਾਉਣ ਲਈ ਘੱਟ ਕਰਨ ਲਈ ਇੱਥੇ ਸ਼੍ਰੀ ਪਰਮਾ ਹੋਇਓ ਮੈਂ ਤੁਹਾਨੂੰ ਸਾਰਿਆਂ ਦੇ ਪਰ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇਸੇ ਮਹਾਨ ਔਰਤ ਜਿਸ ਨਾਰੀ ਮਹਿਲਾ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਉਹ ਕਿੰਨੇ ਕੁ ਵਿਸ਼ਾਲ ਹਿਰਦੇ ਦੀ ਸੁਆਮਣੀ ਸੀ ਮੈਂ ਇਹ ਦੋ ਗੱਲਾਂ ਕਰਦਾ ਕਈ ਵਾਰੀ ਡਾਕਟਰ ਜਗਦੀਪ ਸਿੰਘ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਮਨਜੀਤ ਸਿੰਘ ਉਹਨਾਂ ਦੇ ਪੁੱਤਰ ਦੋਵੇਂ ਹੀ ਕਈ ਵਾਰੀ ਅੰਗਾਂ ਅਤੇ ਸਰੀਰਕ ਅੰਗਾਂ ਨੂੰ ਜੋੜਦੇ ਉਹ ਜੋੜਨ ਤੋਂ ਬਾਅਦ ਜਿਸ ਵੇਲੇ ਫਿਰ ਉਹ ਸੰਗ ਨਾਲ ਅਸੀਂ ਕੋਈ ਕੰਮ ਲੈਣੇ ਹਾਂ ਤਾਂ ਆਪਣਾ ਚੁੱਕਾ ਲੱਗ ਮੈਂ ਵੀ ਆਪਣੀ ਭੈਣ ਪਰਮਿੰਦਰ ਜੀ ਤੌਹਰ ਉਹ ਭਰਾ ਜਿਹਨੂੰ ਜਗਦੀਪ ਸਿੰਘ ਨੇ ਆਪਣੇ ਉਹ ਸਿੱਖਾਂ ਦਾ ਜੋੜਨ ਵਾਲੇ ਧਾਗੇ ਨਾਲ ਜੋੜਿਆ ਸੀ ਪਹਿਲੀ ਵਾਰੀ ਜਦੋਂ ਮੇਰੀ ਮੁਲਾਕਾਤ ਇਸ ਪਰਿਵਾਰ ਦੇ ਬੀਆਂ ਨਾਲ ਹੋਈ ਸੀ ਤਾਂ ਮੈਨੂੰ ਇੱਕ ਮਹਿਲਾ ਵਾਲੇ ਕੋਲ ਬੈਠੀ ਸੀ ਮੈਂ ਸਟੇਜ ਨੂੰ ਮੰਚ ਨੂੰ ਅਨਾਊਂਸ ਕਰ ਰਿਹਾ ਮੇਰੀ ਇੱਕ ਸੰਸਥਾ ਹੈ ਸਾਡੀ ਉਹਦੇ ਪੈਟਰਨ ਜਿਹੜੇ ਸਨ ਉਹ ਭੈਣ ਜੀ ਸਨ ਭੈਣ ਜੀ ਪਰਮਿੰਦਰ ਮੈਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਭੈਣ ਜੀ ਨੇ ਪਰਮਿੰਦਰ ਮੈਂ ਸਟੇਟ ਨੂੰ ਅਨਾਊਂਸ ਕਰ ਰਿਹਾ ਮੈਂ ਘੋਸ਼ਣਾ ਕਰ ਰਿਹਾ ਹਾਂ ਕਿ ਇਹ ਡਾਕਟਰ ਕੁਲਦੀਪ ਸਿੰਘ ਜਿਹੜੇ ਅੱਖਾਂ ਦੇ ਕੰਮ ਲੱਗੇ ਸੈਂਕੜੇ ਕੈਂਪ ਇਹਨਾਂ ਦਾ ਹਜ਼ਾਰਾਂ ਲੋਕਾਂ ਨੂੰ ਅੱਖਾਂ ਦੀ ਸ਼ਫਾ ਦਿੱਤੀ ਇਹਨਾਂ ਨੇ ਦਵਾਈ ਦਿੱਤੀ ਐਨਕਾਂ ਦਿੱਤੀਆਂ ਮੈਂ ਇਹ ਉਹ ਗੱਲ ਕਿ ਉੱਥੇ ਬੈਠੀ ਇੱਕ ਨਾਰੀ ਇੱਕ ਮਹਿਲਾ ਮਹਾਨ ਮਹਿਲਾ ਨੇ ਉਹਨੂੰ ਕਿਹਾ ਵਿਭਰਾਵਾ ਵੀਰਾ ਇਹ ਸਿਰਫ ਐਨਕਾਂ ਹੀ ਫਰੀ ਨਹੀਂ ਦਿੰਦਾ ਇਹ ਤੁਰਨ ਲੱਗਿਆ ਮਰੀਜ਼ਾਂ ਨੂੰ ਰਕਸ਼ੇ ਦੇ ਵੀ ਪੈਸੇ ਜੇਬ 'ਚ ਪਾ ਦਿੰਦਾ ਅਤੇ ਉਹ ਪੈਸੇ ਮੈਂ ਦਿੰਦੀ ਹਾਂ ਫਿਰ ਮੈਂ ਪੁੱਛਿਆ ਸੀ ਕਿ ਵੀਰ ਤੁਸੀਂ ਕੌਣ ਹੋ ਕਹਿੰਦੀ ਮੈਂ ਇਸ ਜਗਜੀਤ ਦੀ ਮਾਂ ਮੈਂ ਉਸ ਨਾਰੀ ਦੇ ਪੈਰ ਫੜ ਲਿਆ ਸੀ ਮੈਂ ਕਿਹਾ ਮੈਂ ਮੇਰੀ ਭੈਣ ਮੇਰੀ ਆਪਣੀ ਭੈਣ ਕਿ ਮੇਰੀ ਗੱਲ ਹੁੰਦੀ ਸੀ ਮੈਂ ਭੈਣ ਜੀ ਨੂੰ ਕਹਿੰਦਾ ਹੁੰਦਾ ਕਹਿੰਦੀ ਮੇਰੀ ਆਪਣੀ ਮੇਰੀ ਸ਼ਕਤੀ ਭੈਣ ਉਹਨੂੰ ਕਾਹਨੂੰ ਫੜ ਲੈਂਦੀ ਹੁੰਦੀ ਸੀ ਮੇਰੀ ਸਿਮਰਾ ਉੱਠ ਜਿਵੇਂ ਅੱਜ ਕੱਲ੍ਹ ਬਾਦਸ਼ਾਹ ਦੀ ਮਾਂ ਮਰ ਗਈ ਅਤੇ ਕਿਸੇ ਨੇ ਰੋਣ ਲੱਗ ਪਿਆ ਅਕਬਰ ਬਾਦਸ਼ਾਹ ਕਹਿੰਦੇ ਬਾਦਸ਼ਾਹ ਕਿਉਂ ਰੋਂਦੇ ਹੋ ਅਤੇ ਸਾਰੀ ਹੈ ਤੁਹਾਡੀ ਸੰਤਾਨ ਮਾਂ ਬਾਪ ਨੇ ਕਹਿੰਦਾ ਨਹੀਂ ਬਾਕੀ ਸਭ ਕੁਛ ਹੈ ਆਪੂ ਕਿੰਨੇ ਗਹਿਣੇ ਅਤੇ ਮੈਂ ਇਸ ਵੇਲੇ ਕਿਹਾ ਕਿ ਮੇਰੀ ਭੈਣ ਮੈਨੂੰ ਕੰਨੂ ਫੜ ਲਈ ਜੀ ਕਹਿੰਦੀ ਲਿਆਓ ਮੈਂ ਤੁਹਾਡੇ ਕੰਨ ਫੜ ਲੈਂਦੀ ਇਹ ਉਹ ਮੇਰੀ ਸਤਿਕਾਰਯੋਗ ਭੈਣ ਇਸਲਾਮ ਦੇ ਵਿੱਚ ਖਲੀਫਾ ਹਾਰੂਨ ਅਲ ਰਸ਼ੀਦ ਬੜੇ ਦਰਿਆ ਕੇ ਮਿਹਰਬਾਨ ਦਾਤਾ ਲੋਕ ਪੈਗੰਬਰ ਸਾਹਿਬ ਦੇ ਵੰਸ਼ ਹਨ ਹਰ ਰੋਜ਼ ਰਿਆ ਦਾ ਪਤਾ ਲੈਣੇ ਜਾਂਦੇ ਸਨ ਸ਼ਹਿਰ 'ਚ ਰਾਤ ਨੂੰ ਭੇਸ ਬਦਲ ਕੇ ਰਾਤ ਵਾਪਸ ਆ ਕੇ ਅਤੇ ਫਿਰ ਆਪਣੇ ਵਿਆਹੀ ਖਾਤੇ ਲਿਖਦੇ ਸਨ ਇੱਕ ਦਿਨ ਉਹਨਾਂ ਨੇ ਆ ਕੇ ਰੋਸ਼ਨਦਾਨ ਰਿਸ਼ਤਾ ਉਤਰਿਆ ਉਹ ਕਹਿੰਦੇ ਆ ਰਿਸ਼ਤੇ ਤੂੰ ਕੌਣ ਹੈ ਕਹਿੰਦਾ ਮੈਂ ਉਹਨਾਂ ਲੋਕਾਂ ਦਾ ਨਾਂ ਲਿਖ ਰਿਹਾ ਜਿਹੜੇ ਰੱਬ ਨੂੰ ਯਾਦ ਕਰਦੇ ਨੇ ਰੱਬ ਦਾ ਨਾਂ ਕਹਿੰਦਾ ਜੇ ਕਿਤੇ ਮੇਰਾ ਵੀ ਨਾਂ ਹੈ ਹੁਣ ਇਹ ਵਿਅਕਤੀ ਕਈ ਤਾਤਾ ਖੋਲਿਆ ਕਹਿੰਦਾ ਨਹੀਂ ਬੜਾ ਨਿਰਾਸ਼ ਹੋਇਆ ਉਦਾਸ ਹੋਇਆ ਲੇਕਿਨ ਅਗਲੇ ਦਿਨ ਆਪਣਾ ਕੰਮ ਫਿਰ ਨਹੀਂ ਛੱਡਿਆ ਫਿਰ ਆਇਆ ਜੇ ਕੋਲ ਗਏ ਹਾਲ ਚਾਲ ਪੁੱਛਿਆ ਲੋਕਾਂ ਨੂੰ ਮਿਲੇ ਸ਼ਾਮ ਨੂੰ ਫਿਰ ਇਹਨੇ ਵਿੱਚ ਆਪਣੇ ਰਿਸ਼ਤਾ ਫਿਰ ਬਣਾਇਆ ਉਹ ਕਹਿੰਦੇ ਆਪ ਰਿਸ਼ਤੇ ਅੱਜ ਕਰਦਾ ਕਹਿੰਦੇ ਅੱਜ ਮੈਂ ਉਹਨਾਂ ਲੋਕਾਂ ਦੇ ਨਾਂ ਲਿਖ ਲਿਆ
ਜਿਹੜੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਦੇ ਨੇ, ਰੱਬ ਦੀ ਖਲਕਤ ਨੂੰ ਪਿਆਰ ਕਰਦੇ ਨੇ, ਉਹ ਕਹਿੰਦਾ ਦੇਖ ਇੱਥੇ ਕਿਤੇ ਮੇਰਾ ਨਾਂ ਹੈ, ਉਹ ਕਹਿੰਦਾ ਸਭ ਤੋਂ ਉੱਪਰ ਤੇਰਾ ਨਾਂ ਹੈ, ਅਤੇ ਸਭ ਤੋਂ ਉੱਪਰ ਮੇਰੀ ਭੈਣ ਪਵਿੱਤਰ ਕੌਰ। ਉਸ ਵਕਤ ਜਦੋਂ ਮੇਰੀ ਸੰਸਥਾ ਨੂੰ ਸਹਾਇਤਾ ਦੀ ਲੋੜ ਸੀ, ਸੰਭਵ ਦੀ ਲੋੜ ਸੀ, ਹੱਥ ਪੜੇ ਜਾਣ ਦੀ ਲੋੜ ਸੀ, ਉਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ। ਰੱਬ ਦੇ ਬੰਦੇ ਨੂੰ ਉਹ ਰੱਬ ਦਾ ਬੰਦਾ ਜਿਹੜਾ ਉਦਾਸ ਹੋ ਰਿਹਾ ਸੀ, ਉਹਦਾ ਹੱਥ ਫੜ ਕੇ ਉਹਨਾਂ ਅੱਗੇ ਲਿਆ। ਟੈਮ ਪਰਮਿੰਦਰਜੀਤ ਕੌਰ ਜੀ ਸ਼ੇਰਾਂ ਦੇ ਬੜੇ ਸ਼ੌਕੀਨ ਸੀ। ਜਦੋਂ ਉਹ ਆਖਰੀ ਦਿਨਾਂ 'ਚ ਬਿਮਾਰ ਹੋ ਗਏ, ਕੁਛ ਸਮਾਂ ਉਸ ਤੋਂ ਕੁਛ ਦਿਨ ਪਹਿਲਾਂ ਮੈਂ ਵੀ ਬਿਮਾਰ ਹੋ ਗਿਆ। ਮੈਂ ਦੋ ਚਾਰ ਦਿਨ ਨਹੀਂ ਗਿਆ ਅਤੇ ਮੈਨੂੰ ਪੰਜਵੇਂ ਦਿਨ ਕਹਿੰਦੇ, ਸਿਮਰ ਭਾਈ ਸਾਹਿਬ ਸ਼ੇਰ ਤੰਗ ਹੋਇਆ ਤੁਹਾਡੇ ਵੱਲ, ਤੁਸੀਂ ਪੰਜ ਦਿਨ ਨਹੀਂ ਆਏ। ਮੈਂ ਹਰ ਰੋਜ਼ ਸਵੇਰੇ ਰਾਤ ਨੂੰ ਸੋਚਦਾ ਹਾਂ ਵੀ ਕੱਲ੍ਹ ਮੈਂ ਕਿਹੜਾ ਸ਼ੇਰ ਜਾ ਕੇ ਭੈਣ ਰਵਿੰਦਰਜੀਤ ਕੌਰ ਨੂੰ ਸੁਣਾਉਣਾ ਹੈ, ਅਤੇ ਅਗਲੇ ਦਿਨ ਜਾ ਕੇ ਮੈਂ ਨਵਾਂ ਸ਼ੇਰ ਸੋਚਦਾ। ਇੱਕ ਦਿਨ ਰਾਤ ਨੂੰ ਉਦੋਂ ਸਾਡਾ ਫੰਕਸ਼ਨ ਹੋਇਆ ਸੀ, ਭੈਣ ਰਵਿੰਦਰਜੀਤ ਕੌਰ ਨੇ ਜੋ ਉੱਥੇ ਫੰਕਸ਼ਨ ਦੇ ਕਿਉਂਕਿ ਉਹਨਾਂ ਦਿਨ ਥੋੜ੍ਹੀ ਤਕਲੀਫ ਸਨ, ਅਤੇ ਅਸੀਂ ਸਾਰਿਆਂ ਨੂੰ ਮੰਚ ਵਿੱਚੋਂ ਮੰਚ ਦੇ ਉੱਤੇ ਬੜੀਆਂ ਬੜੀਆਂ ਹਸਤੀਆਂ ਅਸਥੀਆਂ ਪ੍ਰਤਿਸ਼ਠਿਤ ਹਸਤੀਆਂ ਬੈਠੀਆਂ ਸਨ, ਉਹਨਾਂ 'ਚੋਂ ਪੀ ਕੇ ਸਿੰਨਾ ਸਾਹਿਬ ਵੀ ਬੈਠੇ ਹੋਏ, ਇਹ ਵੀ ਉਹ ਤੁਹਾਡੇ ਮੰਚ 'ਤੇ ਮੌਜੂਦ ਸੀ ਪੁਲਿਸ ਕਮਿਸ਼ਨਰ ਸਾਹਿਬ। ਮੈਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਕਿਉਂਕਿ ਮੇਰੀ ਭੈਣ ਪਰਮਿੰਦਰਜੀਤ ਕੌਰ ਮੰਚ 'ਤੇ ਨਹੀਂ ਆ ਸਕਦੀ, ਅਤੇ ਤੁਸੀਂ ਮੰਚ ਨੂੰ ਨੀਚੇ ਆ ਕੇ ਔਰ ਆਪ ਵੀ ਨੇ ਉਹਨਾਂ ਸ਼ਖਸਾਂ ਦੇ ਉੱਤੇ ਮੰਚ ਦੇ ਮਨਿਸਟਰ ਬੈਠੇ ਸੀ, ਪੰਜਾਬ ਦੇ ਮਨਿਸਟਰ ਬੈਠੇ ਸੀ, ਪੀ ਕੇ ਸਿੰਨਾ ਸਾਹਿਬ ਬੈਠੇ ਸੀ, ਡਿਪਟੀ ਕਮਿਸ਼ਨਰ ਸਾਹਿਬ ਬੈਠੇ, ਇਹ ਸਾਰੇ ਬੰਦੇ ਥੱਲੇ ਆ ਕੇ ਅਤੇ ਭੈਣ ਪਰਮਿੰਦਰਜੀਤ ਕੌਰ ਦੇ ਨਾਲ ਖੜ੍ਹੇ ਹੋ ਕੇ ਉਹਨਾਂ ਨੇ ਲੋਕਾਂ ਨੂੰ ਜਿੰਨਾ ਨੂੰ ਅਸੀਂ ਅਵਾਰਡੀਆਂ ਪੂਰੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਵਿੱਚ ਦੁਨੀਆਂ ਵਿੱਚੋਂ ਆਏ ਹੋਏ ਸਨ ਲੋਕ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਮਲੇਸ਼ੀਆ ਤੋਂ, ਉਹਨਾਂ ਨੂੰ ਸਨਮਾਨ। ਅਤੇ ਇੱਕ ਦਿਨ ਜਦੋਂ ਮੈਂ ਸ਼ੇਰ ਭੈਣ ਜੀ ਨੂੰ ਨਹੀਂ ਸੁਣਾ ਸਕਿਆ, ਫਿਰ ਮੈਨੂੰ ਅਚਾਨਕ ਯਾਦ ਆਇਆ ਕਿ ਪੀ ਕੇ ਸਿੰਨਾ ਸਾਹਿਬ ਨੇ ਵੀ ਸ਼ੇਰ ਬੋਲਿਆ। ਮੈਂ ਫਿਰ ਉਹਨਾਂ ਨੂੰ ਜਾ ਕੇ ਅਗਲੇ ਦਿਨ ਉਹ ਸ਼ੇਰ ਸੁਣਿਆ ਔਰ ਉਹ ਵੀ ਟਾਈਮ ਅਖੀਰ ਤੱਕ ਅਸੀਂ ਜਦੋਂ ਦੀ ਤਬੀਅਤ ਥੋੜ੍ਹੀ ਸੀ ਲਾਸਾਹ ਬਣੀ, ਉਹਨਾਂ ਨੂੰ ਕਹਿੰਦਾ ਸਿਮਰ ਮੈਨੂੰ ਉਹ ਸ਼ੇਰ ਸੁਣਾ ਕਿ ਉਹ ਜਿਹੜਾ ਸਿਰ ਵਾਲਾ ਅਤੇ ਦੂਜਾ ਮੇਰਾ ਰਾਜਾ ਨੇ ਕਿਹਾ ਰਾਤ ਹੈ, ਰਾਜਾ ਨੇ ਕਿਹਾ ਰਾਤ ਹੈ, ਰਾਣੀ ਨੇ ਕਿਹਾ ਰਾਤ ਹੈ, ਵਜ਼ੀਰ ਨੇ ਵੀ ਕਿਹਾ ਰਾਤ ਹੈ, ਇਹ ਆਪ ਸੁਬਹ ਕੀ ਸ਼ੇਰ ਸੁਣਨ ਲਈ ਮੇਰੀ ਭੈਣ ਅਕਸਰ ਫਿਰ ਬਾਂਹ ਵੀ ਆ ਕਰਦੇ, ਉਹ ਤਾਂ ਤਕਲੀਫ ਵਿੱਚ ਰਹਿੰਦੇ ਸੀ। ਮੈਂ ਵੀ ਇਹਦੇ ਤਕਲੀਫ ਉਹਨਾਂ ਨੂੰ ਪੁੱਛਿਆ, ਹਾਂਜੀ ਜੀ ਬੇਟਾ ਮੇਰੇ ਆਉਣ ਨਾਲ ਭੈਣ ਜੀ ਕਿਤੇ ਪ੍ਰੋਬਲਮ ਵਿੱਚ ਨਹੀਂ ਆ ਜਾਂਦੇ, ਕਿਉਂਕਿ ਉਹ ਬੈਠ ਜਾਂਦੇ ਨੇ ਉੱਠ ਕੇ ਫਿਰ ਉਹ ਬਾਹਾਂ ਉੱਚੀਆਂ ਕਰਦੇ ਨੇ। ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਨਹੀਂ ਅੰਕਲ ਤੁਸੀਂ ਜਦੋਂ ਆਉਂਦੇ ਹੋ ਤਾਂ ਤੁਹਾਡੇ ਉੱਪਰ ਇਹਨਾਂ ਨੂੰ ਉਤਸ਼ਾਹ ਮਿਲ ਗਿਆ, ਹੌਸਲਾ ਮਿਲ ਗਿਆ, ਊਰਜਾ ਮਿਲਦੀ ਹੈ, ਸ਼ਕਤੀ ਮਿਲਦੀ ਹੈ, ਅਤੇ ਫਿਰ ਮੈਂ ਡੇਲੀ ਨੀਹਾਂ ਬਣਾ ਲਿਆ ਸੀ ਮੈਂ ਆਪਣੀ ਭੈਣ ਦੇ ਜਾ ਕੇ ਦਰਸ਼ਨ ਸ਼ੁਰੂ ਕਰ। ਅਤੇ ਫਿਰ ਜਦੋਂ ਮੈਂ ਜਾਂਦਾ ਸਾਂ ਇੱਕ ਸ਼ੇਰ ਮੈਂ ਉਹਨਾਂ ਨੂੰ, ਅਤੇ ਉਹ ਸ਼ੇਰ ਸੁਣ ਕੇ ਫਿਰ ਭੈਣ ਜੀ ਜੋ ਬਾਹਾਂ ਆਇਆ ਕਰਦੇ ਸੀ, ਅਤੇ ਫਿਰ ਜਗਦੀਪ ਸਿੰਘ ਉਹਨਾਂ ਨੂੰ ਬੁਲਾਉਂਦੇ ਸੀ ਕਿ ਡਾਕਟਰ ਜਗਦੀਪ ਸਿੰਘ ਇਹ ਸ਼ੇਰ ਨੋਟ ਕਰ ਲਓ, ਆਪਣੇ ਕੈਮਰੇ 'ਚ ਭਰ ਦਿਓ, ਆਪਣੇ ਮੋਬਾਈਲ 'ਚ ਭਰ ਦਿਓ, ਅਤੇ ਮੈਨੂੰ ਬਾਅਦ ਸੁਣਾ। ਮੈਂ ਉਹ ਸ਼ੇਰ ਆਪਣੀ ਭੈਣ ਨੂੰ ਯਾਦ ਕਰਦਾ ਫਿਰ ਕਰਦਾ ਨਾ ਉਹ ਔਰ ਹੋ ਗਏ ਜੋ ਡੂਬ ਗਏ ਇੱਕ ਬੂੰਦ ਮੇਂ। ਜਦੋਂ ਬਿਮਾਰ ਸੀ ਜਿੱਥੇ ਮੈਂ ਭੈਣ ਜੀ ਸਿਓਠੀ ਫਿਰ ਹਾਂ ਬਿਲਕੁਲ ਠੀਕ ਹੋਏ, ਨਿੱਕੀਆਂ ਨਿੱਕੀਆਂ ਬਿਮਾਰੀਆਂ ਕਹਿੰਦੇ ਮੇਰੇ ਲਈ ਕੀ ਨੇ, ਮੈਂ ਇਹਨਾਂ ਸਭ ਨੂੰ ਪੜ੍ਹ ਕੇ ਰੱਖਿਆ। ਮੈਂ ਫਿਰ ਤੁਹਾਨੂੰ ਸੁਣਾਉਂਦਾ ਅਮਰ ਸਿੰਘ ਕਿ ਉਹ ਔਰ ਮੰਗੇ ਜੋ ਡੂਬ ਗਏ ਇੱਕ ਬੂੰਦ ਮੇਂ, ਅਰੇ ਹਮ ਤੋਂ ਸਿਰ ਪਰ ਲੈ ਕੇ ਸਮੁੰਦਰ ਖੜੇ, ਬੜੇ ਮੈਂ ਤੇ ਸਿਰ 'ਤੇ ਸਮੁੰਦਰ ਲੈ ਕੇ ਖੜੀ ਹਾਂ, ਬੂੰਦਾਂ ਵੰਡਦੀ ਹਾਂ, ਮੈਂ ਬੂੰਦ ਵਿੱਚ ਨਹੀਂ ਡੁੱਬ ਸਕਦੀ। ਮੇਰੀ ਭੈਣ ਪਰਮਿੰਦਰਜੀਤ ਸਿੰਘ ਪਰਮਿੰਦਰਜੀਤ ਕੌਰ ਜੀ ਅੱਜ ਭਾਵੇਂ ਸਾਡੇ 'ਚ ਨਹੀਂ ਹਨ, ਪਰ ਕਿਤੇ ਨਹੀਂ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਖੂਨ ਦੇ ਰਿਸ਼ਤੇ ਨੇ ਉਹਨਾਂ ਨਾਲ ਜ਼ਿਆਦਾ ਕਹਿੰਦੇ ਨਿਭਾਉਣ ਵਾਲੇ ਰਿਸ਼ਤੇ ਕਈ ਵੀ ਉਹ ਹੋਟਲ ਨੇ ਜਿਹਨਾਂ ਨੂੰ ਡਾਕਟਰ ਰਣਜੀਤ ਸਿੰਘ, ਡਾਕਟਰ ਜਸਜੀਤ ਕੌਰ ਅਤੇ ਡਾਕਟਰ ਸੂਰੀਆਂ ਨਾਲ ਸਿਰ ਦਿੰਦੇ, ਜਿਵੇਂ ਇੱਕੋ ਰਿਸ਼ਤਾ ਮੈਂ ਹਾਂ। ਮੈਂ ਅੱਜ ਵੀ ਆਪਣੀ ਭੈਣ ਨੂੰ ਯਾਦ ਕਰ ਰਿਹਾ ਹਾਂ, ਜਿਸ ਦਿਨ ਮੇਰੀ ਭੈਣ ਦਾ ਸਵਰਗ ਪਾਸ ਹੋਇਆ ਸੀ ਮੈਂ ਮੇਰੇ ਘਰ ਤੋਂ ਆਇਆ ਸੀ ਕਿ ਮੈਨੂੰ ਜਗਦੀਪ ਸਿੰਘ ਨਿੱਕਿਆਂ ਦੇਖਿਆ ਅੰਕਲ ਤੁਸੀਂ ਤਾਂ ਵੱਡੇ ਹੋ ਸਾਡੇ ਖੁਸ਼ੀ ਕਿਉਂ ਰੋ ਰਹੇ ਹੋ, ਮੈਂ ਕਿਹਾ ਯਾਰ ਮੇਰੇ ਇਸ ਤਰ੍ਹਾਂ ਹੋ ਰਿਹਾ।
ਇੰਨਾ ਇਹ ਦੁੱਖ ਹੈ ਕਿ ਮੁਹੰਮਦ ਕਿਹੜੀ ਭੈਣ ਨੂੰ ਜਾ ਕੇ ਰਾਤ ਨੂੰ ਸ਼ੇਰ ਲੱਭ ਕੇ ਸਵੇਰੇ ਜਾ ਕੇ ਸੁਣਾ ਗਿਆ। ਕਦੀ ਕਦੀ ਖੂਨ ਤੋਂ ਵੀ ਬਿਹਤਰ ਹੁੰਦੇ ਨੇ ਇਹ ਰਿਸ਼ਤੇ ਜਿਹੜੇ ਸੁਖਿਆਂ ਦਾ ਧਾਕਿਆਂ ਦਾ ਜੁੜਦੇ ਨੇ। ਮੈਂ ਬੜੀ ਇਹ ਛੋਟੀ ਗੱਲ ਸੁਣਾ ਕੇ ਮੈਂ ਜਮਾਂ ਦਾ ਯਾਦ ਪਾਵਾਂਗਾ। ਫਰੀਦ ਸ਼ੇਖ ਫਰੀਦ ਮੈਨੇ ਜਿੰਨਾ ਦੇ ਸ਼ਬਦ ਸਾਡੀ ਬਾਣੀ ਦੇ ਨੇ, ਕਈ ਕਈ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਸ ਪਰਿਵਾਰ ਦਾ ਇਹਨਾਂ ਬੱਚਿਆਂ ਦਾ ਗੁਰਦੀਪ ਸਿੰਘ ਹੋਣਾ ਦਾ ਜਸਦੀਪ ਸਿੰਘ ਹੋਣਾ ਦਾ ਮੈਂ ਥੋੜ੍ਹਾ ਜਿਹਾ ਗੁਨਾਹਗਾਰ ਹੋਣਾ। ਇਹ ਜਦੋਂ ਭੈਣ ਜੀ ਅਕਾਲ ਚਲਾਣਾ ਕੀਤਾ ਉਹ ਤੋਂ 3 ਜਾਂ 4 ਦਿਨ ਪਹਿਲਾਂ ਦੀ ਗੱਲ ਹੈ। ਉਹਨਾਂ ਦੀ ਤਬੀਅਤ ਥੋੜ੍ਹੀ ਜਿਹੀ ਨਾ ਸਾਲ ਅਤੇ ਮੈਂ ਉਹਨਾਂ ਨੂੰ ਮਿਲਣ ਗਿਆ। ਮੈਂ ਉਹਨਾਂ ਨੂੰ ਮੇਰੀ ਛੋਟੀ ਕਥਾ ਸੁਣਾਈ ਸੀ 10-12 ਲਾਈਨਾਂ। ਸ਼ੇਖ ਫਰੀਦ ਜਿਹਨਾਂ ਦੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ, ਲੇਕਿਨ ਇੱਕ ਸ਼ੇਖ ਸ਼ੇਖ ਇੱਕ ਫਰੀਦ ਹੋਰ ਵੀ ਹੋਏ ਨੇ ਔਵੀ ਔਕਾਰ ਵੀ ਜਿਹਨਾਂ ਦਾ ਇੱਧਰ ਦਾ ਕਾਰੋਬਾਰ ਸੀ ਔਰ ਪੂਰੇ ਅਰਬ ਜੰਗ ਵਿੱਚ ਸੀਗਾ। ਉਹਨਾਂ ਕੋਲ ਇੱਕ ਫਕੀਰ ਆਉਂਦਾ ਸੀ ਮੇਰੇ ਵਰਗਾ। ਉਹ ਫਕੀਰ ਨੇ ਕਮੰਡਲ ਔਰ ਛੋਟੀ ਆਪਣੀ ਬਰਦਾਨੀ ਅਤੇ ਅੱਗੇ ਲਾ ਲਿਆ, ਲੇਕਿਨ ਉਹ ਔਕਾਰ ਜਿਹੜਾ ਸੀ ਫਰੀਦ ਉਹਦੇ ਆਉਣ ਤੋਂ ਪਹਿਲਾਂ ਦਇਆ ਧਰਮ ਦਾ ਦਾਨ ਲੈ ਕੇ ਮਰ ਖੜਾ। ਉਸ ਦਿਨ ਫਰੀਦ ਚੁੱਕ ਨਹੀਂ ਸਕਿਆ, ਉਹ ਸਾਈ ਫਕੀਰ ਬਾਹਰ ਖੜਾ ਰਿਹਾ। ਉਹਨੇ ਆਵਾਜ਼ ਦਿੱਤੀ ਹੈ ਸ਼ੇਖ ਫਰੀਦ, ਉਹ ਫਰੀਦ ਔਕਾਰ ਫਰੀਦ ਇੰਨਾ ਕਿੱਥੇ ਵਿਅਸਤ ਹੋ ਗਿਆ ਮਾਇਆ ਚ, ਮੈਂ ਬਾਹਰ ਖੜਾ। ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਥੋੜ੍ਹੀ ਵਿਅਸਤਤਾ, ਤੂੰ ਮੈਨੂੰ ਠਹਿਰ ਜਾ। ਕਹਿੰਦਾ ਨਾ ਮੇਰੇ ਕੋਲ ਟਾਈਮ ਹੈ ਨਹੀਂ। ਕਹਿੰਦਾ ਤੇਰੇ ਕੋਲ ਟਾਈਮ ਨਹੀਂ ਤੇ ਮੇਰੇ ਕੋਲ ਕਿਹੜਾ ਟਾਈਮ ਹੈ? ਉਹ ਕਹਿੰਦਾ ਤੈਨੂੰ ਪਤੀ ਕਿਹਨੂੰ ਕਹਿੰਦਾ ਤੈਨੂੰ ਪਤਾ ਹੈ ਕਿ ਤੂੰ ਕਦੋਂ ਜਾਣਾ ਹੈ? ਉਹ ਕਹਿੰਦਾ ਨਹੀਂ ਮੈਨੂੰ ਤਾਂ ਨਹੀਂ ਪਤਾ, ਪਰ ਕਿਹਨੂੰ ਪਤਾ? ਉਹ ਫਕੀਰ ਨੇ ਆਪਣਾ ਕੰਬਲ ਲਾਇਆ ਥੱਲੇ ਵਸਾਇਆ ਉੱਤੇ ਲੰਮਾ ਪੈ ਗਿਆ। ਆਲਾ ਫਿਰ ਮੈਂ ਚੱਲਿਆ ਹੂੰ ਅਤੇ ਮੇਰੀ ਭੈਣ ਜਿਸ ਨੇ ਮੈਂ ਉਹਨੂੰ ਇਹ ਕਹਾਣੀ ਸੁਣਾਈ 2-3 ਦਿਨ ਬਾਅਦ ਹੋਰ ਸੁਣੀਆਂ ਉੱਥੇ ਕਈ ਕਈ ਮੈਂ ਸੁਣਦਾ ਵਾ ਕਿ ਜਗਦੀਪ ਬੇਟਾ ਜਗਦੀਪ ਬੇਟਾ ਸ਼ਾਇਦ ਮੇਰੀ ਕਹਾਣੀ ਸੁਣ ਕੇ ਤੁਰ ਗਿਆ। ਹੋ ਸਕਦਾ ਉਹ 4 ਦਿਨ ਹੋਰ ਜਿੰਦੇ, 4 ਦਿਨ ਹੋਰ ਮੇਰੇ ਸ਼ੇਰ ਸੁਣਦੇ। ਚਲੋ ਮੈਂ ਆਪਣੀ ਭੈਣ ਨੂੰ ਇਹ ਭਾਵੁਕਤਾ ਦੀ ਕਥਵਾਉਣਾ ਕੀਤੀ ਹੋਈ। ਮੈਂ ਕੁਛ ਇਹ ਪਰਿਵਾਰ ਇੰਨਾ ਉੱਚਾ ਅਤੇ ਸੁੱਚਾ ਪਰਿਵਾਰ ਹੈ, ਸਾਰੇ ਜਾਣਦੇ ਹੀ ਹੋਇਆ ਕੁਰਬਾਨੀ ਹੈਗੀ, ਪਰ ਫਿਰ ਵੀ ਇਹ ਜਿਹੜੀਆਂ ਮੇਰੇ ਕੋਲ ਸ਼ਰਧਾਂਜਲੀਆਂ ਆਈਆਂ ਨੇ ਮੈਂ ਉਹਨਾਂ ਦੇ ਨਾਮ ਪੜ੍ਹ ਦੇਣਾ ਚਾਹੁੰਦਾ ਵਾ ਤਾਂ ਕਿ ਇਹ ਵੀ ਸਾਨੂੰ ਪਤਾ ਲੱਗ ਜਾਵੇ, ਮੈਨੂੰ ਵੀ ਆਹ ਹੀ ਪਤਾ ਲੱਗਾ ਵੀ ਇੰਨੇ ਅੱਛੀਆਂ ਅੱਛੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਪਰਿਵਾਰ ਨਾਲ ਅਤੇ ਮੇਰੀ ਭੈਣ ਦੇ ਨਾਲ ਜੁੜੀਆਂ ਸਨ। ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕ ਗਾ ਵੈਸਟ ਸਲਵਾਨ ਚੌਕੇ ਜਲੰਧਰ, ਇਹਨਾਂ ਵੱਲੋਂ ਸ਼ਰਧਾਂਜਲੀ ਆਈਏ। ਅਪਾਹਜ ਆਸ਼ਰਮ ਮੈਨੇਜ ਬਾਈ ਅਪਾਹਜ ਸਹਾਇਕ ਸਭਾ ਰਜਿਸਟਰ ਜਲੰਧਰ, ਇਹਨਾਂ ਵੱਲੋਂ ਵੀ ਇਹ ਸ਼ਰਧਾਂਜਲੀ ਆਈ ਹੈ। ਦੇਖ ਕੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਕ ਵਿਕਲਾਂਗ ਸਹਾਇਤਾ ਟਰੱਸਟ, ਇਹਨਾਂ ਵੱਲੋਂ ਵੀ ਸ਼ਰਧਾਂਜਲੀ ਦੇ ਸ਼ਬਦ ਕਹੇ ਗਏ ਨੇ, ਲਿਖੇ ਗਏ ਨੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਬਰਾਚ ਵੱਲੋਂ ਡਾਕਟਰ ਮੁਕੇਸ਼ ਗੁਪਤਾ ਜੀ ਜਿਹੜੇ ਪ੍ਰੈਜੀਡੈਂਟ ਨੇ IMA ਜਲੰਧਰ ਦੇ, ਉਹਨਾਂ ਨੇ ਵੀ ਸ਼ਰਧਾਂਜਲੀ ਦੇ ਸ਼ਬਦ ਖੁੱਲ੍ਹਾ ਰਾਹੀਂ ਪੇਸ਼ ਕੀਤੇ ਸਭ ਕੇ ਦਿੱਤੇ ਹੈ। ਇਹਨਾਂ ਸਾਰਿਆਂ ਦਾ ਅਸੀਂ ਸਾਰੇ ਆਪਣਾ ਇਹ ਪ੍ਰਾਣੀ ਸਮਾਗਮ ਕਰਕੇ ਇੱਥੇ ਆਏ। ਮੇਰੇ ਸ਼ਬਦਾਂ ਨੂੰ ਸੁਣਿਆ, ਸਾਨੂੰ ਵੀ ਸਾਡੇ ਨਾਲ ਆਪਣੀ ਸੰਵੇਦਨਾ ਸਾਰੀ ਹੁੰਦੀ, ਸਾਡੇ ਦੁੱਖ ਨੂੰ ਵਡਾ ਨਹੀਂ ਸਕਿਆ। ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਇਸ ਪਰਿਵਾਰ ਵੱਲੋਂ, ਡਾਕਟਰ ਜਸਦੀਪ ਸਿੰਘ ਹੋਣਾ ਵੱਲੋਂ, ਡਾਕਟਰ ਜਗਦੀਪ ਸਿੰਘ ਹੋਣਾ ਵੱਲੋਂ, ਡਾਕਟਰ ਰਣਜੀਤ ਸਿੰਘ ਹੋਣਾ ਵੱਲੋਂ, ਅਤੇ ਅੱਗੋਂ ਲੱਗੀ ਜਿਹੜੀ ਅਗਲੀ ਪੀੜ੍ਹੀ ਹੈ ਜਿਹਨੂੰ ਭੈਣ ਜੀ ਪਰਮਿੰਦਰਜੀਤ ਕੌਰ ਦਾ ਨਿੱਘਾ ਆਸ਼ੀਰਵਾਦ ਪ੍ਰਾਪਤ ਹੈ, ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅਤੇ ਨਾਲ ਹੀ ਇਸ ਪਰਿਵਾਰ ਵੱਲੋਂ ਜਿਵੇਂ ਆਪਣੇ ਵੱਲੋਂ ਇਸ ਪਰਿਵਾਰ ਦਾ ਮੋਢੀ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਰਬਤ ਪ੍ਰਾਰਥਨਾ ਕਰਾਂਗਾ ਕਿ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਹੈ, ਲੰਗਰ ਰੱਖਿਆ ਗਿਆ ਹੈ। ਕੋਈ ਵੀ ਮੇਰਾ ਵੀਰ, ਮੇਰੀ ਭੈਣ, ਮੇਰਾ ਭਰਾ, ਮੇਰਾ ਗੁਰੂ, ਮੇਰੇ ਬੱਚੇ ਲ
ਲੰਗਰ ਖਾਦੇ ਦੇ ਨਾਲ ਚਾਹ ਇਹ ਲੰਗਰ ਪ੍ਰਸ਼ਾਦ ਹੈ ਜੇ ਲੰਗਰ ਤੁਸੀਂ ਲਵੋਗੇ ਕਰਾਈ ਤੇ ਉਹਦੇ ਨਾਲ ਭੈਣ ਜੀ ਨੂੰ ਵੀ ਤੁਹਾਡੀ ਸ਼ਰਧਾਂਜਲੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਧ ਸੰਗਤ ਜੀ।